वाहिगुरु जी का खालसा वाहिगुरु जी की फतेह। अनमोल विचार चैनल विच तुहाडा स्वागत है। सब तो पहला अपने चैनल नू सबसक्राइब कर लो, ते जेकर वीडियो वधिया लगेगी ते इसनू लाइक अते शेयर जरूर कर देना। कई मेरे वीर अते भैणा कहिंदे आ कि असी जिस दिन तो श्री सुखमणी साहिब जी दी बाणी दा पाठ आरंभ कीता है तां साडे शरीर विच कोई ना कोई ढिल मठ रहिंदी आ, भाव कि साडा शरीर आलस कमजोरी महसूस करदा है। ਤਾਂ ਦੇਖੋ ਜੀ ਮੇਰੇ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਤਨ ਅਤੇ ਮਨ ਦੇ ਰੋਗਾਂ ਨੂੰ ਕੱਟਦੀ ਆ। ਇਸ ਲਈ ਜੇਕਰ ਤੁਸੀਂ ਵੀ ਪਾਠ ਸ਼ੁਰੂ ਕੀਤਾ ਹੈ ਅਤੇ ਤੁਹਾਡੇ ਵੀ ਸਰੀਰ ਦੇ ਵਿੱਚ ਕੋਈ ਵੀ ਹਰਕਤ ਹੁੰਦੀ ਹੈ, ਗਲਤ ਵਿਚਾਰਾਂ ਦਾ ਆਉਣਾ, ਸਰੀਰਕ ਕਮਜ਼ੋਰੀ ਮਹਿਸੂਸ ਕਰਨਾ, ਆਲਸ ਦਾ ਜ਼ਿਆਦਾ ਆਉਣਾ, ਜਿਸ ਤਰ੍ਹਾਂ ਬੁਖਾਰ ਦਾ ਚੜ੍ਹ ਜਾਣਾ, ਸਰੀਰਕ ਪੱਖੋਂ ਆਪਣੇ ਆਪ ਨੂੰ ਥੋੜ੍ਹਾ ਕਮਜ਼ੋਰ ਮਹਿਸੂਸ ਕਰਨਾ, ਜੇ ਇੰਜ ਹੋ ਰਿਹਾ ਤਾਂ ਸਮਝੋ ਕਿ ਤੁਹਾਡਾ ਕੋਈ ਵੱਡਾ ਸਰੀਰਕ ਕਸ਼ਟ ਕੱਟਿਆ ਜਾ ਰਿਹਾ ਹੈ, ਤੁਹਾਡੀ ਪੜ੍ਹੀ ਹੋਈ ਬਾਣੀ ਦਾ ਫਲ ਤੁਹਾਨੂੰ ਮਿਲ ਰਿਹਾ ਹੈ। ਤੇ ਦੂਸਰਾ ਕਾਰਨ ਆ ਕਿ ਜੇਕਰ ਤੁਹਾਡਾ ਸਰੀਰ ਜ਼ਿਆਦਾ ਥੱਕਿਆ ਆਲਸ ਮਹਿਸੂਸ ਕਰਦਾ ਹੈ, ਤੇ ਕਈ ਮੇਰੇ ਵੀਰ ਭੈਣ ਜਿਨ੍ਹਾਂ ਨੇ ਅਜੇ ਸੁਖਮਣੀ ਸਾਹਿਬ ਜੀ ਦੇ ਪਾਠ ਦੀ ਸ਼ੁਰੂਆਤ ਕੀਤੀ ਆ, ਭਾਵ ਕਿ ਪਹਿਲਾਂ ਉਹ 15-20 ਮਿੰਟ ਬਾਣੀ ਦਾ ਜਾਪ ਕਰਦੇ ਸਨ, ਪਰ ਹੁਣ ਉਹਨਾਂ ਨੇ ਇੱਕਦਮ ਹੀ ਸ਼੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ ਅਤੇ ਘੰਟਾ ਡੇਢ ਘੰਟਾ ਚੌਕੜਾ ਮਾਰ ਕੇ ਇੱਕੋ ਜਗ੍ਹਾ ਤੇ ਬੈਠਦੇ ਆ। ਤੇ ਕਈ ਵਾਰ ਇਸ ਕਾਰਨ ਕਰਕੇ ਵੀ ਸਾਡਾ ਸਰੀਰ ਥੋੜੀ ਥਕਾਵਟ ਆਲਸ ਮਹਿਸੂਸ ਕਰਦਾ ਹੈ। ਤਾਂ ਤੀਸਰਾ ਕਾਰਨ ਇਸ ਦਾ ਸਭ ਤੋਂ ਵੱਡਾ ਹੈ ਕਿ ਜਦੋਂ ਆਪਾਂ ਕੋਈ ਵੀ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਦੇ ਆ ਤਾਂ ਸਾਡੇ ਵਿਰੋਧੀ ਸਾਨੂੰ ਹਰ ਪੱਖੋਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਆ, ਸਾਡਾ ਹੌਸਲਾ ਤੋੜਨ ਦੀ ਕੋਸ਼ਿਸ਼ ਕਰਦੇ ਆ, ਸਾਨੂੰ ਨਾ ਕਾਮਯਾਬ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਉਸੇ ਹੀ ਤਰ੍ਹਾਂ ਜਦੋਂ ਵੀ ਆਪਾਂ ਕਿਸੇ ਵੀ ਬਾਣੀ ਦਾ ਪਾਠ ਸ਼ੁਰੂ ਕਰਦੇ ਆ ਜਾਂ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਸ਼ੁਰੂ ਕਰਦੇ ਆ ਤਾਂ ਕਲਯੁੱਗ ਵੀ ਆਪਣਾ ਪੂਰਾ ਪ੍ਰਭਾਵ ਪਾਉਂਦਾ ਹੈ। ਉਸ ਨੂੰ ਪਤਾ ਹੈ ਕਿ ਇਹ ਇਨਸਾਨ ਗੁਰਬਾਣੀ ਦੇ ਲੜ ਲੱਗ ਗਿਆ ਹੈ, ਇਹ ਚੰਗੇ ਪਾਸੇ ਜਾ ਰਿਹਾ ਹੈ, ਪਰ ਕਲਯੁੱਗ ਸਾਨੂੰ ਸਹੀ ਰਸਤੇ ਤੇ ਨਹੀਂ ਜਾਣ ਦਿੰਦਾ। ਇਸ ਤਰ੍ਹਾਂ ਵੱਖ-ਵੱਖ ਤਰੀਕਿਆਂ ਦੇ ਨਾਲ ਸਾਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰਦਾ ਹੈ, ਸਾਡੇ ਰਸਤੇ ਵਿੱਚ ਵਾਰ-ਵਾਰ ਰੁਕਾਵਟਾਂ ਪੈਦਾ ਕਰਦਾ ਹੈ ਤਾਂ ਜੋ ਆਪਾਂ ਗੁਰਬਾਣੀ ਦੇ ਨਾਲੋਂ ਦੂਰ ਹੋ ਸਕੀਏ। ਪਰ ਇੱਥੇ ਪੂਰੇ ਮਜ਼ਬੂਤ ਹੋਣ ਦੀ ਲੋੜ ਆ। ਕੋਈ ਵੀ ਸਰੀਰ ਨੂੰ ਢਿੱਲ ਮੱਠ ਆਵੇ, ਆਲਸ ਆਵੇ, ਥਕਾਨ ਆਵੇ ਜਾਂ ਕਿਸੇ ਵੀ ਕਿਸਮ ਦਾ ਡਰ ਪੈ ਆਵੇ, ਕੋਈ ਗਲਤ ਵਿਚਾਰ ਆਉਣ, ਕਿਸੇ ਵੀ ਹਾਲਾਤ ਦੇ ਵਿੱਚ ਸ਼੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਨਾ ਨਹੀਂ ਛੱਡਣਾ, ਗੁਰਬਾਣੀ ਦਾ ਲੜ ਨਹੀਂ ਛੱਡਣਾ, ਕਿਉਂਕਿ ਗੁਰਬਾਣੀ ਨੇ ਹੀ ਸਾਡੇ ਸਾਰੇ ਦੁੱਖ ਰੋਗ ਕਸ਼ਟ ਦੂਰ ਕਰਨੇ ਨੇ। ਇਸ ਲਈ ਚਾਹੇ ਜਿੰਨੀਆਂ ਮਰਜ਼ੀ ਰੁਕਾਵਟਾਂ ਆਉਣ, ਅੰਮ੍ਰਿਤ ਵੇਲਾ ਨਹੀਂ ਛੱਡਣਾ, ਗੁਰਬਾਣੀ ਦਾ ਲੜ ਨਹੀਂ ਛੱਡਣਾ। ਕੋਸ਼ਿਸ਼ ਕਰਿਆ ਕਰੋ, ਰੋਜ਼ਾਨਾ ਅੰਮ੍ਰਿਤ ਵੇਲੇ ਉੱਠੋ, ਅੰਮ੍ਰਿਤ ਵੇਲੇ ਉੱਠ ਕੇ 5 ਬਾਣੀਆਂ ਦਾ ਨਿਤਨੇਮ ਕਰੋ, ਉਸ ਤੋਂ ਉਪਰੰਤ ਸ਼੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਜੇ ਚਾਹੋ ਤਾਂ ਅੰਮ੍ਰਿਤ ਵੇਲੇ ਵੀ ਪੜ੍ਹ ਸਕਦੇ ਹੋ, ਜੇ ਚਾਹੋ ਤਾਂ ਦੁਪਹਿਰ ਵੇਲੇ, ਜੇ ਚਾਹੋ ਤਾਂ ਰਾਤ ਵੇਲੇ ਵੀ, ਕਿਉਂਕਿ ਸਿਆਣੇ ਕਹਿੰਦੇ ਨੇ ਜਿੰਨਾ ਗੁੜ ਪਾਵਾਂਗੇ ਓਨਾ ਹੀ ਮਿੱਠਾ। ਇਸ ਲਈ ਜਿੰਨਾ ਵੀ ਹੋ ਸਕੇ ਗੁਰਬਾਣੀ ਪੜ੍ਹੋ, ਸੁਣੋ ਅਤੇ ਵਿਚਾਰੋ, ਕਿਉਂਕਿ ਗੁਰਬਾਣੀ ਨੇ ਹੀ ਸਾਡੇ ਸਾਰੇ ਦੁੱਖ ਰੋਗ ਕਸ਼ਟ ਦੂਰ ਕਰਨੇ ਆ, ਤੇ ਗੁਰਬਾਣੀ ਤੋਂ ਹੀ ਸਾਨੂੰ ਜ਼ਿੰਦਗੀ ਜਿਉਣ ਦੀ ਸੇਧ ਮਿਲਣੀ ਆ। ਜੋ ਵੀ ਮਨੁੱਖ ਗੁਰਬਾਣੀ ਪੜ੍ਹਦੇ ਆ, ਸੁਣਦੇ ਆ, ਵਿਚਾਰਦੇ ਆ, ਗੁਰਬਾਣੀ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਆ, ਉਹ ਇਨਸਾਨ ਕਿਸੇ ਵੀ ਪੱਖ ਦੇ ਵਿੱਚ ਕਦੇ ਵੀ ਨਾਕਾਮਯਾਬ ਅਸਫਲ ਨਹੀਂ ਹੁੰਦੇ। ਤੇ ਆਓ ਰੋਜ਼ਾਨਾ ਹੀ ਗੁਰਬਾਣੀ ਪੜ੍ਹੀਏ, ਸੁਣੀਏ ਅਤੇ ਵਿਚਾਰੀਏ।